हेलो एवरीवन, वेलकम बैक टू माय यूट्यूब चैनल। इस वीडियो ਦੇ ਵਿੱਚ ਆਪਾਂ ਗੱਲ ਕਰਾਂਗੇ ਸਿਕਿਉਰਿਟੀ ਲਾਇਸੈਂਸ ਦੀ, ਜੋ ਕਿ ਬਹੁਤ ਸਾਰੇ ਲੋਕਾਂ ਲਈ ਲਾਈਕ ਬੈਨੀਫੀਸ਼ੀਅਲ ਹੋਏਗੀ ਇਹ ਵੀਡੀਓ, ਬਿਕਾਜ਼ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰ ਰਹੀ ਹਾਂ। ਪਹਿਲਾਂ ਹੀ ਦੱਸ ਦਿੰਦੇ ਤੁਸੀਂ ਕਿੱਥੇ ਜਾ ਕੇ ਪ੍ਰਪੇਅਰ ਕਰਨਾ। ਇੱਕ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਉਣ ਲੱਗੀ ਹਾਂ, ਜਿਸ ਤੇ ਕਲਿੱਕ ਕਰਕੇ ਤੁਸੀਂ ਆਪਣੇ ਸਿਕਿਉਰਿਟੀ ਲਾਇਸੈਂਸ ਦਾ ਜਿਹੜਾ ਟੈਸਟ ਦੇਣਾ ਉਹਦੇ ਲਈ ਪ੍ਰਪੇਅਰ ਕਰ ਸਕਦੇ ਹੋ। ਉਹਦੇ ਵਿੱਚ ਆਲਮੋਸਟ 120 ਕੁਐਸਚਨਸ ਨੇ, ठीक है, तो 100 क्वेश्चंस का जो है एग्जाम होंगे, जिदे 60 क्वेश्चंस तुसी सही अटैम्प्ट करने ताकि तुसी वो टेस्ट जो है पास कर सको। एंड उन्होंने 120 क्वेश्चंस दे विचों ही सारा पेपर आता होंगे, सो तुसी वो पढ़ के पास कर सकते हो ईजीली। हुण मैं तुहानू रिक्वायरमेंट्स दस दिनी आ, तुसी पहला पढ़ लियो, पहला तुसी रिक्वायरमेंट सुन लो, दैन जाके तुसी लिंक ते क्लिक करके अपना टेस्ट लिए प्रिपेयर कर सकते हो। राइट, सिर्फ क्वेश्चंस पढ़ के पास हो सकते हो। फर्स्ट है गया, 5 दिन दी क्लासेस लानियां इंपॉर्टेंट नहीं सिक्योरिटी लाइसेंस लैन लई। जिवें कि आपां इक क्लास दे विच एनरोल हुंने आ, उदां ही तुहानू एनरोलमेंट करानी है। तुसी गूगल ते सर्च करके अपने नेड़े तेड़े जो भी सिक्योरिटी लई शॉप कह सकदी आ, आई डोंट नो उन्हां नूं की एड्रेस करां मैं, सो उन्हां नूं तुसी सर्च कर सकदे हो। ठीक है, उन्हां कोल जाणा है कि मैं एनरोल करवाना सीगा, ठीक है, सिक्योरिटी लाइसेंस लैन लई। दैन उह तुहानू इक क्लास दे विच एनरोल कर देणगे जिहदे विच तुहानू 5 दिन क्लासेस लाउणियां होणगियां, कुछ घंटे दीआं, 3 तों 4 घंटे दी क्लास लाउणी पवेगी। ਉਹਦੇ ਲਈ ਉਹ $150 ਤੋਂ $200 ਤੱਕ ਚਾਰਜ ਕਰ ਸਕਦੇ ਨੇ ਤੁਹਾਡੇ ਤੋਂ ਉਹ ਕਲਾਸਿਸ ਪ੍ਰੋਵਾਈਡ ਕਰਨ ਦੇ, ਬਿਕਾਜ਼ ਉਹ ਕਲਾਸਿਸ ਮੈਂਡੇਟਰੀ ਨੇ ਲਾਉਣੀਆਂ। ਠੀਕ ਹੈ, ਜਦੋਂ ਤੱਕ ਤੁਸੀਂ ਉਹ ਕਲਾਸ ਦੇ ਵਿੱਚ ਇਨਰੋਲ ਨਹੀਂ ਹੋ ਜਾਂਦੇ ਉਦੋਂ ਤੱਕ ਤੁਸੀਂ ਟੈਸਟ ਨਹੀਂ ਦੇ ਸਕਦੇ। ਜਦੋਂ ਤੁਸੀਂ ਉਹ ਕਲਾਸ ਦੇ ਵਿੱਚ ਇਨਰੋਲ ਹੋ ਗਏ, 5 ਦਿਨ ਕੰਪਲੀਟ ਕਰ ਲਿਆ ਕਲਾਸਿਸ, ਉਸ ਤੋਂ ਬਾਅਦ ਤੁਹਾਨੂੰ ਇੱਕ ਈਮੇਲ ਆਊਗੀ। ਠੀਕ ਹੈ, ਉਸ ਈਮੇਲ ਦੇ ਵਿੱਚ ਸਾਰਾ ਕੁਝ ਦਿੱਤਾ ਹੋਏਗਾ ਕਿ ਇੱਥੇ ਜਾ ਕੇ ਤੁਸੀਂ ਆਪਣਾ ਟੈਸਟ ਬੁੱਕ ਕਰਵਾ ਸਕਦੇ ਹੋ, ਇਹ ਵੋ। ਰਾਈਟ, ਦੈਨ ਤੁਸੀਂ ਉਹ ਇਨਸਟਰਕਸ਼ਨਸ ਫਾਲੋ ਕਰਨੀਆਂ ਨੇ। ਟੈਸਟ ਤੱਕ ਜਾਣਾ, ਟੈਸਟ ਦੀ ਡੇਟ ਲੈਣੀ ਹੈਗੀ ਹੈ। ਠੀਕ ਹੈ, ਉਹ ਟੈਸਟ ਲਈ $150 to $200 ਆਪਾਂ ਦੇ ਚੁੱਕੇ ਹਾਂ। ਉਹ ਟੈਸਟ ਬੁੱਕ ਕਰਵਾਉਣ ਲਈ ਤੁਹਾਨੂੰ $60 ਪੇ ਕਰਨੇ ਪੈਣਗੇ ਆਪਣੇ ਆਪ। ਰਾਈਟ, ਆਨਲਾਈਨ ਉਹ ਟੈਸਟ ਜਿਹੜਾ ਹੈਗਾ ਆਨਲਾਈਨ ਹੁੰਦਾ। ਰਿਕੁਆਇਰਮੈਂਟ ਪਾਸ ਹੋਣ ਦੀ ਕੀ ਹੈ, 100 ਕੁਐਸਚਨਸ ਤੋਂ 60 ਕੁਐਸਚਨ ਸਹੀ ਹੋਣੇ ਚਾਹੀਦੇ ਨੇ, ਤੁਸੀਂ ਪਾਸ ਕਰ ਸਕਦੇ ਹੋ। ਰਾਈਟ, $60 ਫੀਸ, ਪਾਸ ਕਿਵੇਂ ਕਰਨਾ, ਦੈਨ ਆਨਲਾਈਨ ਹੁੰਦਾ ਉਹ ਜਿਹੜਾ ਜੋ ਵੀ ਆਪਾਂ ਟੈਸਟ ਦਿੰਦੇ ਹਾਂ ਲਾਇਸੈਂਸ ਵਾਲਾ। ਠੀਕ ਹੈ, ਆਨਲਾਈਨ ਹੁੰਦਾ ਘਰੇ ਬਹਿ ਕੇ ਤੁਸੀਂ ਆਪਣੇ ਲੈਪਟਾਪ ਤੇ ਕੈਮਰਾ ਆਨ ਕਰਵਾਉਂਦੇ ਆ। ਠੀਕ ਹੈ, ਰਿਕਾਰਡਿੰਗ ਹੁੰਦੀ ਹੈ ਉਸਦੀ, ਮਾਈਕ੍ਰੋਫੋਨ ਆਨ ਕਰਨਾ, ਉਹ ਸਾਰਾ ਰਿਕਾਰਡ ਹੋਏਗਾ। ਦੈਨ ਉਸ ਤੋਂ ਬਾਅਦ ਅਗਰ ਤੁਸੀਂ ਚੀਟਿੰਗ ਕਰ ਰਹੇ ਸੀ ਤਾਂ ਤੁਹਾਨੂੰ ਉਹ ਲਾਇਸੈਂਸ ਨਹੀਂ ਦੇਣਗੇ, ਬਟ ਅਗਰ ਸਭ ਕੁਝ ਸਹੀ ਸੀਗਾ ਤੇ ਦੈਨ ਉਹ ਤੁਹਾਨੂੰ ਸਰਟੀਫਿਕੇਟ ਮਿਲ ਜਾਏਗਾ। ਉਹ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ 12 ਘੰਟਿਆਂ ਦਾ ਸਲੋਟ ਹੁੰਦਾ, ਕਦੋਂ ਮਰਜ਼ੀ ਤੁਸੀਂ ਉਹ ਆਪਣਾ ਟੈਸਟ ਦੇ ਸਕਦੇ ਹੋ। ਕਰੈਕਟ, ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਹੁਣ ਤੁਸੀਂ ਕਹੋਗੇ ਕਿ ਆਪਾਂ ਟੈਸਟ ਪਾਸ ਕਰ ਲਿਆ, ਕੀ ਸਾਡੇ ਕੋਲ ਅਥਾਰਟੀ ਆ ਗਈ ਕਿ ਆਪਾਂ ਜਿਹੜੀ ਲਾਇਸੈਂਸ ਦੀ ਮਤਲਬ ਲਾਇਸੈਂਸ ਦੀ ਰਿਕੁਆਇਰਮੈਂਟ ਪੂਰੀ ਹੋ ਗਈ ਕਿ ਅਸੀਂ ਇਸ ਦੇ ਬੇਸਿਸ ਤੇ ਜੌਬ ਕਰ ਸਕਦੇ ਹਾਂ? ਆਨਸਰ ਇਜ਼ ਨੋ। ਤੁਸੀਂ ਉਹ ਟੈਸਟ ਪਾਸ ਕੀਤਾ, ਤੁਸੀਂ ਉਹ ਸਰਟੀਫਿਕੇਟ ਨੂੰ ਲੈ ਕੇ ਜਾਓਗੇ, ਮਤਲਬ ਜੋ ਵੀ ਅਪਲਾਈ ਕਰ ਦਿੰਦੇ ਸਿਕਿਉਰਿਟੀ ਲਾਇਸੈਂਸ ਲਈ। ਠੀਕ ਹੈ, ਹੁਣ ਤੁਸੀਂ ਕਿਹਦੇ ਕੋਲ ਜਾ ਸਕਦੇ ਹੋ? ਜਿਹੜੇ ਫਿੰਗਰਪ੍ਰਿੰਟਿੰਗ ਵਾਲੇ ਨੇ। ਹੁਣ ਲਾਇਸੈਂਸ ਅਪਲਾਈ ਕਰਨ ਦੀ ਰਿਕੁਆਇਰਮੈਂਟ ਹੈਗੀ, ਤੁਹਾਡੇ ਕੋਲ ਆਪਣੇ ਫਿੰਗਰਪ੍ਰਿੰਟਸ ਹੋਣੇ ਚਾਹੀਦੇ ਨੇ, ਇੱਕ ਡਿਜੀਟਲ ਫੋਟੋ ਹੋਣੀ ਚਾਹੀਦੀ ਹੈ, ਤੁਸੀਂ ਆਪਣਾ ਪਾਸਪੋਰਟ ਲੈ ਕੇ ਜਾਣਾ, BC ID ਲੈ ਕੇ ਜਾਣੀ ਹੈ। ਇਹਨਾਂ ਚਾਰ ਚੀਜ਼ਾਂ ਦੇ ਨਾਲ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਅਪਲਾਈ ਹੋ ਜਾਏਗਾ। ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਡਾ ਸਟੱਡੀ ਪਰਮਿਟ ਹੋਣਾ ਚਾਹੀਦਾ, ਅਗਰ ਵਰਕ ਤੇ ਹੋ ਦੈਨ ਵਰਕ ਪਰਮਿਟ ਹੋਣਾ ਚਾਹੀਦਾ ਤੁਹਾਡੇ ਕੋਲ। ਠੀਕ ਹੈ, ਇਹ ਸਾਰਾ ਕੁਝ ਲੱਗਦਾ, ਇਹ ਹੈਗੇ ਡਾਕੂਮੈਂਟਸ ਰਿਕੁਆਇਰਡ। ਦੈਨ ਤੁਸੀਂ ਉਹਨਾਂ ਕੋਲ ਜਾਓਗੇ, ਫਿੰਗਰ ਪ੍ਰਿੰਟਿੰਗ ਦੇ ਉਹ ਤੁਹਾਡੇ ਕੋਲ $70 to $80 ਚਾਰਜ ਕਰ ਸਕਦੇ ਨੇ। ਉਸ ਤੋਂ ਬਾਅਦ ਲਾਇਸੈਂਸ ਫੀਸ ਜਿਹੜੀ ਹੈਗੀ ਹੈ ਉਹ ਹੈਗੀ ਹੈ $120 ਇੱਕ ਸਾਲ ਦੀ। ਇੱਕ ਸਾਲ ਦਾ ਲਾਇਸੈਂਸ ਬਣਵਾਓਗੇ ਸਿਕਿਉਰਿਟੀ ਦਾ $120, ਅਗਰ 2 ਸਾਲਾਂ ਦਾ ਇਕੱਠਾ ਬਣਵਾਓਗੇ $180, ਮੀਨਸ $60 ਐਡ ਹੋ ਗਏ ਹੈ। ਠੀਕ ਹੈ, ਸੋ ਮੇਰਾ ਸੁਜੈਸ਼ਨ ਇਹੀ ਹੈ ਕਿ ਜਿਨ੍ਹਾਂ ਨੇ ਵੀ ਸਿਕਿਉਰਿਟੀ ਲਾਇਸੈਂਸ ਲਈ ਅਪਲਾਈ ਕਰਨਾ ਕਿ ਹਾਂ ਚਾਹੁੰਦੇ ਕਿ ਅਸੀਂ ਆਹੀ ਜੌਬ ਕਰਨੀ ਆ, ਸੋ 2 ਸਾਲਾਂ ਦਾ ਲਾਇਸੈਂਸ ਜਿਹੜਾ ਹੈਗਾ ਉਹ ਅਪਲਾਈ ਕਰਨ, ਕੋਸਟ ਘੱਟ ਜਾਏਗੀ, $180 ਹੋ ਜਾਏਗੀ। ਅਗਰ ਅਦਰਵਾਈਜ਼ ਤੁਸੀਂ ਸਪੋਜ਼ 1 ਸਾਲ ਦਾ ਅਪਲਾਈ ਕੀਤਾ $120, ਅਗਲੇ ਸਾਲ ਫੇਰ ਰੀਨਿਊ ਕਰਵਾਓਗੇ $120, ਕਿੰਨਾ ਹੋ ਗਿਆ, $240 ਹੋ ਗਏ। ਰਾਈਟ, ਕਿੱਥੇ 180 ਦੇ ਵਿੱਚ ਸਰਦਾ ਪਿਆ, ਸੋ ਐਵੇਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਟਾਈਮਿੰਗ ਕੀ ਹੈਗੀ, ਤੁਹਾਡਾ ਲਾਇਸੈਂਸ ਕਦੋਂ ਤੁਹਾਡੇ ਕੋਲ ਆ ਜਾਏਗਾ? 1 ਮਹੀਨੇ ਦੇ ਵਿੱਚ ਤੁਹਾਡੇ ਕੋਲ ਟੈਂਪਰੇਰੀ ਲਾਇਸੈਂਸ ਆ ਜਾਏਗਾ, ਜਿਸ ਦੇ ਬੇਸਿਸ ਤੇ ਤੁਸੀਂ ਜੌਬ ਕਰ ਸਕਦੇ ਹੋ, ਬਟ ਦੈਟ ਵਿਲ ਬੀ ਟੈਂਪਰੇਰੀ, ਉਹ ਤੁਹਾਨੂੰ ਈਮੇਲ ਦੇ ਵਿੱਚ ਆਊਗਾ। ਰਾਈਟ, ਜਿਹੜਾ ਲਾਇਸੈਂਸ ਦਾ ਕਾਰਡ ਹੈਗਾ ਉਹ ਤੁਹਾਡੇ ਘਰੇ ਆਊਗਾ ਤੁਹਾਡੇ ਐਡਰੈਸ ਤੇ, ਐਂਡ ਉਹ ਲੈ ਸਕਦਾ 3 ਮਹੀਨੇ ਦਾ ਟਾਈਮ ਲੈ ਸਕਦਾ। ਠੀਕ ਹੈ, ਸੋ ਜਿਹੜੇ ਵੀ ਨਵੇਂ ਆਉਂਦੇ ਨੇ ਸਟੂਡੈਂਟਸ, ਠੀਕ ਹੈ, ਉਹਨਾਂ ਨੂੰ ਕੋਈ ਜੌਬ ਨਹੀਂ ਮਿਲ ਰਹੀ ਹੈ, ਸੋ ਸਿਕਿਉਰਿਟੀ ਲਈ ਤੁਸੀਂ ਅਪਲਾਈ ਕਰ ਸਕਦੇ, ਕਾਫੀ ਸਾਰੀ ਜੌਬਸ ਮਿਲ ਜਾਂਦੀਆਂ ਨੇ। ਠੀਕ ਹੈ, ਬਿਕਾਜ਼ ਮੈਂ ਤਾਂ ਕਹਿ ਰਹੀ ਹਾਂ ਬਿਕਾਜ਼ ਟਾਈਮ ਬਹੁਤ ਜ਼ਿਆਦਾ ਲੱਗਦਾ ਪਿਆ, 3 ਮਹੀਨੇ ਲਈ, ਮਤਲਬ ਮਹੀਨਾ ਵੀ ਬਹੁਤ ਆ ਜਿਹੜਾ
ਨੇ ਕਹਿ ਰਹੀ ਹੈ ਕਿ ਪਰਮਾਨੈਂਟ ਲਾਇਸੈਂਸ ਜਿਹੜਾ ਆ ਜਾਂਦਾ ਠੀਕ ਹੈ ਸੋ ਅਗਰ ਵੇਟ ਕਰਦੇ ਪਏ ਹੋ ਕਿਸੇ ਚੀਜ਼ ਦੀ ਤੁਸੀਂ ਅਪਲਾਈ ਕਰ ਸਕਦੇ ਹੋ ਐਂਡ ਮੈਂ ਤੁਹਾਨੂੰ ਲਿੰਕ ਦੇ ਰਹੀ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਜਿਹਦੇ ਵਿੱਚ ਜਾ ਕੇ ਤੁਸੀਂ ਕਲਿੱਕ ਕਰਕੇ ਆਪਣੇ ਲਾਇਸੈਂਸ ਦਾ ਜਿਹੜਾ ਟੈਸਟ ਦੇਣਾ ਉਹ ਪ੍ਰਿਪੇਅਰ ਕਰ ਸਕਦੇ ਹੋ ਟੋਟਲ ਕੋਸਟ ਜਿਹੜੀ ਹੈਗੀ ਹੈ ਉਹ ਆਏਗੀ $500 to $550 ਦੇ ਵਿੱਚ ਤੁਹਾਡੀ ਲਾਇਸੈਂਸ ਬਣਵਾਉਣ ਦੀ ਕੋਸਟ ਆ ਸਕਦੀ ਹੈ ਸਿਕਿਉਰਿਟੀ ਲਾਇਸੈਂਸ ਹੁਣ ਤੁਸੀਂ ਦੇਖੋ ਕਿ ਤੁਸੀਂ ਉਸ ਫੀਲਡ ਦੇ ਵਿੱਚ ਜਾਣਾ ਜੋਬ ਕਰਨੀ ਹੈ ਕਿ ਤੁਹਾਡੇ ਨੇੜੇ ਤੇੜੇ ਜੋਬਸ ਹੈਗੀਆਂ ਨੇ ਉਸ ਚੀਜ਼ ਦੀਆਂ ਠੀਕ ਹੈ ਬਿਕੋਜ਼ ਆਪਣੇ ਫਰੈਂਡਸ ਤੋਂ ਜਾਂ ਰਿਲੇਟਿਵ ਜੋ ਵੀ ਜਿਨ੍ਹਾਂ ਕੋਲ ਵੀ ਤੁਸੀਂ ਆਏ ਉਹਨਾਂ ਤੋਂ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਇੱਥੇ ਤਾਂ ਸਾਨੂੰ ਇੱਦਾਂ ਦੀਆਂ ਜੋਬਸ ਮਿਲ ਸਕਦੀਆਂ ਨੇ ਕਿ ਨਹੀਂ ਤਾਂ ਹੀ ਤੁਸੀਂ ਇਨਵੈਸਟ ਕਰੋ ਬਿਕੋਜ਼ $500 ਇਜ਼ ਟੂ ਮੱਚ ਰਾਈਟ ਸੋ ਅਗਰ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਕਰ ਲਵਾਂਗੇ ਦੈਨ ਜ਼ਰੂਰ ਕਰੋ ਐਂਡ ਅਦਰਵਾਈਜ਼ ਤੁਸੀਂ ਹੋਰ ਜੋਬਸ ਵੀ ਲੱਭ ਸਕਦੇ ਹੋ ਸੋ ਇਹ ਸੀਗੀ ਅੱਜ ਦੀ ਵੀਡੀਓ ਹੋਪਫੁਲੀ ਤੁਹਾਡੇ ਲਈ ਹੈਲਪਫੁਲ ਹੋਏਗੀ ਐਂਡ ਅਗਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਦੈਨ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਐਂਡ ਅਗਰ ਤੁਸੀਂ ਆਪਣੇ ਫਰੈਂਡ ਨੂੰ ਜਾਂ ਕਿਸੇ ਨੂੰ ਵੀ ਲੋੜ ਹੈਗੀ ਹੈ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਐਂਡ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਅਗਰ ਵੀਡੀਓ ਪਸੰਦ ਆਉਂਦੀ ਹੈ ਬਿਕੋਜ਼ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਰਾਈਟ ਸੋ ਇੰਨਾ ਕੁ ਤੱਕ ਆ ਹੀ ਸਕਦੇ ਹੋ ਤੁਸੀਂ ਬਾਏ ਫੋਰ ਨਾਓ